ਅੱਜ ਮਿਸ਼ਨ ਗੱਲ ਪੰਜਾਬ ਦੀ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿੱਚ 100 ਦਿਨਾਂ ਯਾਤਰਾ ਦੀ ਸ਼ੁਰੂਆਤ ਲਈ ਸਮਾਗਮ ਕੀਤਾ ਗਿਆ ਸੀ ਜਿਸ ਦੀ ਸ਼ੁਰੂਆਤ ਮੋਟਰਸਾਈਕਲ ਰੈਲੀ ਨਾਲ ਹੋਈ ਸੀ ਪਰ ਇਸ ਦੌਰਾਨ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਭੜਕੇ ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਘੇਰਾ ਪਾ ਲਿਆ ਅਤੇ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਇਸ ਮੌਕੇ ਸੁਖਬੀਰ ਬਾਦਲ ਦੇ ਸੁਰੱਖਿਆ ਕਰਮੀ ਬੜੀ ਹੀ ਮੁਸ਼ਕਿਲ ਨਾਲ ਕਿਸਾਨਾਂ ਤੋਂ ਬਚਾ ਕੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਲੈ ਕੇ ਨਿਕਲੇ ਪੁਲਿਸ ਵੱਲੋਂ ਵੀ ਬੜੀ ਮੁਸ਼ਕਤ ਦੇ ਨਾਲ ਕਿਸਾਨਾਂ 'ਤੇ ਕਾਬੂ ਪਾਇਆ ਗਿਆ ਇੱਥੇ ਕਿਸਾਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਖੇਤੀ ਬਿੱਲਾਂ ਦਾ ਸਮਰਥਨ ਕੀਤਾ ਸੀ ਅਤੇ ਹੁਣ ਵੋਟਾਂ ਲੈਣ ਦੇ ਲਈ ਮਹਿਜ਼ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਨੇ ਪਰ ਅਸੀਂ ਅਜਿਹਾ ਕੁਝ ਵੀ ਨਹੀਂ ਹੋਣ ਦੇਵਾਂਗੇ ਅਤੇ ਪੈਰ ਪੈਰ 'ਤੇ ਇਹਨਾਂ ਦਾ ਵਿਰੋਧ ਐਵੇਂ ਹੀ ਜਾਰੀ ਰਹੇਗਾ ਪਹਿਲਾਂ ਤਾਂ ਇਹਨਾਂ ਨੇ ਬਿੱਲਾਂ ਦਾ ਸਮਰਥਨ ਕੀਤਾ ਹੁਣ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ ਖਾਤਰ ਸਿਰਫ ਵੋਟਾਂ ਲੈਣ ਦੀ ਖਾਤਰ ਅਸੀਂ 9 ਮਹੀਨੇ ਹੋ ਗਏ ਸਾਨੂੰ ਦਿੱਲੀ ਸੰਘਰਸ਼ ਤੋਂ ਮਿਲੀ ਜਾਂਦਾ ਵੋਟਾਂ ਲੈਣ ਦੀ ਖਾਤਰ ਆ ਕੇ ਸਾਡੇ ਪਿੰਡਾਂ ਨੂੰ ਵੜਦੇ ਆ ਅਸੀਂ ਕਹਿਣਾ ਚਾਹੁੰਦੇ ਹਾਂ ਇਹ ਲੱਟ ਹੋ ਜਾਣ ਆਉਣ ਵਾਲੇ ਸਮੇਂ 'ਚ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਲੋਕ ਉੱਠਣਗੇ ਇਹਨਾਂ ਨੂੰ ਬਚਣ ਨੂੰ ਰਾਸਤਾ ਨਹੀਂ ਲੱਭੂਗਾ ਅਸੀਂ ਚੀਰਾ ਜ਼ਿਲ੍ਹਾ ਜਿਹੜਾ ਪਹਾੜਾ ਫਿਰੋਜ਼ਪੁਰ ਵਾਲਾ ਉਹਦੇ ਥੱਲੇ ਵਿਰੋਧ ਕਰ ਰਹੇ ਹਾਂ ਸੁਖਬੀਰ ਸਿੰਘ ਬਾਦਲ ਜਿੱਥੇ ਵੀ ਜਾਊਗਾ ਉੱਥੇ ਜਿੱਥੇ ਵੀ ਜਾਊਗਾ ਸੁਖਬੀਰ ਬਾਦਲ ਅਸੀਂ ਪਿੱਛਾ ਕਰਕੇ ਅੱਜ ਉੱਥੇ ਉੱਥੇ ਵਿਰੋਧ ਕਰਾਂਗੇ ਇਹਨੂੰ ਪਿੰਡਾਂ ਦੇ ਵਿੱਚ ਵੋਟ ਨਹੀਂ ਦੇਵਾਂਗੇ ਇਹਨੇ 500 ਕਿਸਾਨ ਸ਼ਹੀਦ ਹੋ ਗਿਆ ਇਹਨੂੰ ਸ਼ਰਮ ਨਹੀਂ ਆਉਂਦੀ ਇਹ ਗੱਲੀਆਂ ਕਰਦੇ ਵੋਟਾਂ ਮੰਗਣਾ ਦਾ ਕਹਿੰਦੇ ਮੰਗਣਾ ਹੁੰਦਾ ਹੈ ਮੈਂ ਉਹਨਾਂ ਦੇ ਚਰਚਾ ਨੂੰ ਜਾਣਕਾਰੀ ਦੇਣਾ ਚਾਹੁੰਦਾ ਉਹ ਬਾਹਰ ਜਾ ਜਾ ਲੋਕੀਆਂ ਚੌਕੀਆਂ ਤੋਂ ਲਾ ਦੋ ਨਹੀਂ ਤਾਂ ਇਹਨਾਂ ਦੇ ਸਾਡਾ ਫਿਰ ਦਿਖਾਉਂਗਾ ਜਿਹੜੇ ਜਿੱਥੇ ਬੰਦੀ ਉਹ ਸਾਰੇ ਜਿਹੜੇ ਕਿਸਾਨ ਪਾਰਟੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਖਬੀਰ ਬਾਦਲ ਦਾ ਵਿਰੋਧ ਕਰਾਂਗੇ ਮੇਰਾ ਨਾਮ ਜਗਤਾਰ ਸਿੰਘ ਹੈ ਬਲਾਕ ਪ੍ਰਧਾਨ ਗੱਲ ਖੁਰਦਾ